ਮੈਨੂੰ ਉੜਦੀ ਉੜਦੀ ਕਹਾਣੀ ਪਤਾ ਲੱਗੀ ਹੈ ਵੀ ਢੀਂਡਸਾ ਸਾਹਿਬ ਨੇ ਕਿਹਾ ਹੈ, ਸ਼ਰਤ ਰੱਖੀ ਹੈ ਕਿ ਸੁਖਬੀਰ ਸਿੰਘ ਬਾਦਲ ਅਸਤੀਫਾ ਦੇਵੇ ਤਦ ਮੈਂ ਅਕਾਲੀ ਦਲ ਬਾਰੇ ਸੋਚ ਸਕਦਾ ਵੀ ਆ ਸਕਦਾ, ਪਹਿਲਾਂ ਅਸਤੀਫਾ ਦੇਵੇ। ਉਹ ਗੱਲ ਹੋਣੀ ਨਹੀਂ ਅਤੇ ਢੀਂਡਸਾ ਸਾਹਿਬ ਸੁਲਝੇ ਵਿਅਕਤੀ ਨੇ ਬਿਲਕੁਲ ਦੋਵੇਂ ਬਾਪ ਬੇਟਾ। ਮੈਨੂੰ ਨਹੀਂ ਲੱਗਦਾ ਕਿ ਉਹ, ਮੈਂ ਉਹਨਾਂ ਨੂੰ ਨਹੀਂ ਕਹਿ ਰਿਹਾ ਕਿ ਉਹ ਛਿੱਤਰ ਵੀ ਖਾਦੇ ਅਤੇ ਗੰਢੇ ਵੀ ਖਾਦੇ, ਉਹ ਗੱਲ ਬਣਨੀ ਨਹੀਂ। ਫਿਰ ਉਹਨਾਂ ਨੇ ਛੱਡ ਕੇ ਕਿਉਂ ਜਾਣਾ ਸੀ? ਉਹ ਕੋਈ ਨਾ ਕੋਈ ਜ਼ਰੂਰ ਸ਼ਰਤ ਐਸੀ ਇਸੇ ਕਰਕੇ ਖਬਰ ਆ ਰਹੀ ਹੈ ਉਹ ਰੱਖਣਗੇ। ਉਹ ਗੱਲ ਪੂਰੀ ਨਹੀਂ ਹੋਣੀ, ਕੋਈ ਇਕੱਠਾ ਹੋ ਜਾਵੇ ਨਾ ਹੋ ਜਾਵੇ, ਸਾਨੂੰ ਇਸ ਗੱਲ ਦਾ ਨਹੀਂ ਕੋਈ ਫਰਕ ਪੈਂਦਾ, ਇੱਕ ਵੀ ਫਰਕ ਨਹੀਂ ਪੈਂਦਾ। ਪਰ ਹਾਂ, ਇਸ ਗੱਲ ਦਾ ਢੀਂਡਸਾ ਸਾਹਿਬ ਨੂੰ ਬਹੁਤ ਸੰਵੇਦਨਸ਼ੀਲ ਲੀਡਰ ਪੰਜਾਬ ਦਾ ਮੰਨਿਆ ਜਾਂਦਾ। ਅਗਲੇ ਕਹਿੰਦੇ ਯਾਰ, ਪਰ ਕਦੇ ਵੀ ਕੋਈ ਗਲਤ ਟਿੱਪਾ ਟਿੱਪਣੀ ਇਸ ਤਰ੍ਹਾਂ, ਹਰ ਬੰਦਾ ਉਹਨਾਂ ਬਾਰੇ ਚੰਗੀ ਗੱਲ ਕਰਦਾ, ਲੇਕਿਨ ਪਾਰਟੀ ਛੱਡ ਦੇਣੀ ਫਿਰ ਪਾਰਟੀ 'ਚ ਆ ਜਾਣਾ। ਪਰ ਮੈਨੂੰ ਲੱਗਦਾ ਇਹ ਥੱਲੇ ਆਸਰੇ ਲਾਏ ਜਾ ਰਹੇ ਨੇ। ਰਾਜਨੀਤਿਕ ਜੀਵਨ ਢੀਂਡਸਾ ਸਾਹਿਬ ਦਾ ਬਹੁਤ ਲੰਮਾ ਜੀਵਨ ਹੈ ਔਰ ਉਹ ਸਮਝਦੇ ਨੇ ਅੱਜ ਦੀਆਂ ਸਥਿਤੀਆਂ ਪਰਿਸਥਿਤੀਆਂ। ਇਸੇ ਕਰਕੇ ਮੈਨੂੰ ਉੜਦੀ ਉੜਦੀ ਕਹਾਣੀ ਪਤਾ ਲੱਗੀ ਹੈ ਵੀ ਢੀਂਡਸਾ ਸਾਹਿਬ ਨੇ ਕਿਹਾ ਹੈ, ਸ਼ਰਤ ਰੱਖੀ ਹੈ ਕਿ ਸੁਖਬੀਰ ਸਿੰਘ ਬਾਦਲ ਅਸਤੀਫਾ ਦੇਵੇ ਤਦ ਮੈਂ ਅਕਾਲੀ ਦਲ ਬਾਰੇ ਸੋਚ ਸਕਦਾ ਵੀ ਆ ਸਕਦਾ, ਪਹਿਲਾਂ ਅਸਤੀਫਾ ਦੇਵੇ। ਉਹ ਗੱਲ ਹੋਣੀ ਨਹੀਂ ਅਤੇ 13 ਦੀਆਂ 13 ਲੋਕ ਸਭਾ ਸੀਟਾਂ 'ਤੇ ਫੁੱਲ ਮੁਕੰਮਲ ਤਿਆਰੀ ਚੱਲ ਰਹੀ ਹੈ ਔਰ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਲੋਕਾਂ 'ਚ ਭਾਰੀ ਉਤਸ਼ਾਹ ਹੈ। ਬੇਸ਼ੱਕ ਅਸੀਂ 3 ਸਟੇਟਾਂ ਦੇ ਵਿੱਚ ਥੋੜ੍ਹਾ ਨੁਕਸਾਨ ਝੱਲਣਾ ਪਿਆ, ਲੇਕਿਨ ਪੰਜਾਬ ਦੇ ਵਿੱਚ ਸਾਨੂੰ ਵੀ ਇਹ ਮਹਿਸੂਸ ਹੋਇਆ, ਲੇਕਿਨ ਪੰਜਾਬ ਦੇ ਵਿੱਚ ਜਿਸ ਪ੍ਰਕਾਰ ਲੋਕ ਸਾਡੇ ਧਰਨਿਆਂ 'ਚ ਦੋ ਧਰਨੇ ਕਰਕੇ ਆਏ, ਜੋ ਪਿਆਰ ਅਤੇ ਫਤਵਾ ਦੇ ਰਹੇ ਆ, ਸਾਨੂੰ ਇਉਂ ਲੱਗ ਰਿਹਾ ਕਿ ਸੱਚੇ ਪਾਤਸ਼ਾਹ ਕਿਰਪਾ ਕਰੇਗਾ, ਮੁੜ ਦੁਬਾਰਾ ਕਾਂਗਰਸ ਪਾਰਟੀ ਦਾ ਝੰਡਾ ਜਿਹੜਾ ਪੰਜਾਬ ਦੇ ਵਿੱਚ ਲਹਿਰਾਏ। ਅਕਾਲੀ ਦਲ ਦਾ ਢੀਂਡਸੇ ਦਾ ਮੁੜ ਇਕੱਠੇ ਹੋਣ ਜਾ ਰਿਹਾ, ਕੀ ਫਰਕ ਹੈ ਜੀ? ਕੋਈ ਇਕੱਠਾ ਹੋ ਜਾਵੇ ਨਾ ਹੋ ਜਾਵੇ, ਸਾਨੂੰ ਇਸ ਗੱਲ ਦਾ ਨਹੀਂ ਕੋਈ ਫਰਕ ਪੈਂਦਾ, ਇੱਕ ਵੀ ਫਰਕ ਨਹੀਂ ਪੈਂਦਾ। ਪਰ ਹਾਂ, ਇਸ ਗੱਲ ਦਾ ਢੀਂਡਸਾ ਸਾਹਿਬ ਨੂੰ ਬਹੁਤ ਸੰਵੇਦਨਸ਼ੀਲ ਲੀਡਰ ਪੰਜਾਬ ਦਾ ਮੰਨਿਆ ਜਾਂਦਾ। ਅਗਲੇ ਕਹਿੰਦੇ ਯਾਰ, ਪਰ ਕਦੇ ਵੀ ਕੋਈ ਗਲਤ ਟਿੱਪਾ ਟਿੱਪਣੀ ਇਸ ਤਰ੍ਹਾਂ, ਹਰ ਬੰਦਾ ਉਹਨਾਂ ਬਾਰੇ ਚੰਗੀ ਗੱਲ ਕਰਦਾ, ਲੇਕਿਨ ਪਾਰਟੀ ਛੱਡ ਦੇਣੀ ਫਿਰ ਪਾਰਟੀ 'ਚ ਆ ਜਾਣਾ। ਪਰ ਮੈਨੂੰ ਲੱਗਦਾ ਇਹ ਥੱਲੇ ਆਸਰੇ ਲਾਏ ਜਾ ਰਹੇ ਨੇ। ਰਾਜਨੀਤਿਕ ਜੀਵਨ ਢੀਂਡਸਾ ਸਾਹਿਬ ਦਾ ਬਹੁਤ ਲੰਮਾ ਜੀਵਨ ਹੈ ਔਰ ਉਹ ਸਮਝਦੇ ਨੇ ਅੱਜ ਦੀਆਂ ਸਥਿਤੀਆਂ ਪਰਿਸਥਿਤੀਆਂ। ਇਸੇ ਕਰਕੇ ਮੈਨੂੰ ਉੜਦੀ ਉੜਦੀ ਕਹਾਣੀ ਪਤਾ ਲੱਗੀ ਹੈ ਵੀ ਢੀਂਡਸਾ ਸਾਹਿਬ ਨੇ ਕਿਹਾ ਹੈ, ਸ਼ਰਤ ਰੱਖੀ ਹੈ ਕਿ ਸੁਖਬੀਰ ਸਿੰਘ ਬਾਦਲ ਅਸਤੀਫਾ ਦੇਵੇ ਤਦ ਮੈਂ ਅਕਾਲੀ ਦਲ ਬਾਰੇ ਸੋਚ ਸਕਦਾ ਵੀ ਆ ਸਕਦਾ, ਪਹਿਲਾਂ ਅਸਤੀਫਾ ਦੇਵੇ। ਉਹ ਗੱਲ ਹੋਣੀ ਨਹੀਂ ਅਤੇ ਢੀਂਡਸਾ ਸਾਹਿਬ ਸੁਲਝੇ ਵਿਅਕਤੀ ਨੇ ਬਿਲਕੁਲ ਦੋਵੇਂ ਬਾਪ ਬੇਟਾ। ਮੈਨੂੰ ਨਹੀਂ ਲੱਗਦਾ ਕਿ ਉਹ, ਮੈਂ ਉਹਨਾਂ ਨੂੰ ਨਹੀਂ ਕਹਿ ਰਿਹਾ ਕਿ ਉਹ ਛਿੱਤਰ ਵੀ ਖਾਦੇ ਅਤੇ ਗੰਢੇ ਵੀ ਖਾਦੇ, ਉਹ ਗੱਲ ਬਣਨੀ ਨਹੀਂ। ਫਿਰ ਉਹਨਾਂ ਨੇ ਛੱਡ ਕੇ ਕਿਉਂ ਜਾਣਾ ਸੀ? ਉਹ ਕੋਈ ਨਾ ਕੋਈ ਜ਼ਰੂਰ ਸ਼ਰਤ ਐਸੀ ਇਸੇ ਕਰਕੇ ਖਬਰ ਆ ਰਹੀ ਹੈ ਉਹ ਰੱਖਣਗੇ। ਉਹ ਗੱਲ ਪੂਰੀ ਨਹੀਂ ਹੋਣੀ। ਤੁਹਾਡੇ ਮੁਤਾਬਕ ਵਧੀਆ ਫਤਵਾ ਕਾਂਗਰਸ ਨੂੰ ਅੱਜ ਦੇ ਟਾਈਮ ਮਿਲ ਰਿਹਾ, ਸੁਖਬੀਰ ਬਾਦਲ ਦੀ ਮਾਫੀ ਨੂੰ ਕਿਵੇਂ ਦੇਖਦੇ ਹੋ, ਜਿਵੇਂ ਅੱਜ ਕੱਲ ਲੋਕ ਤੁਹਾਡੇ ਨਾਲ ਜੁੜੇ ਹੋਏ ਨੇ? ਦੇਖੋ ਜੀ, ਮਾਫੀ ਫਿਰ ਉੱਥੇ ਗੱਲ ਆ ਗਈ। ਹਰਸਿਮਰਤ ਕੌਰ ਬਾਦਲ ਜੀ ਨੇ ਅਸਤੀਫਾ ਦਿੱਤਾ, ਲੇਕਿਨ ਪਹਿਲਾਂ ਦਸਤਖਤ ਕਰਕੇ ਆਏ ਉਹਨਾਂ ਕਾਲੇ ਕਾਨੂੰਨਾਂ 'ਤੇ, ਫਿਰ ਲੋਕਾਂ ਨੂੰ ਕਨਵਿੰਸ ਕਰਾਇਆ ਕਿ ਨਹੀਂ ਇਹ ਕਾਨੂੰਨ ਬਹੁਤ ਚੰਗੇ ਨੇ, ਬਾਦਲ ਸਾਹਿਬ ਤੋਂ ਵੀ ਕਵਾਇਆ। ਫਿਰ ਜਦੋਂ ਲੋਕਾਂ ਦਾ ਰੋਹ ਵੇਖਿਆ ਤੇ ਉਹਨਾਂ ਨੇ ਅਸਤੀਫਾ ਦਿੱਤਾ। ਉਹਦਾ ਫਾਇਦਾ ਕੀ ਹੋਇਆ ਜੀ? 0% ਫਾਇਦਾ ਹੋਇਆ ਅਸਤੀਫਾ ਦਿੱਤੇ ਦਾ। ਸੇਮ ਮਾਫੀ, ਮਾਫੀ ਗਲਤੀ ਦੀ ਹੁੰਦੀ ਹੈ, ਗੁਨਾਹ ਦੀ ਨਹੀਂ ਹੁੰਦੀ। 8-9 ਵਰਿਆਂ ਬਾਅਦ ਤੁਸੀਂ ਮਾਫੀ ਮੰਗੀ, ਇਹਦਾ ਮਤਲਬ ਕਈ ਲੋਕ, ਅਸੀਂ ਤਾਂ ਉੱਧਰ ਮਾਲਵੇ 'ਚ ਜ਼ਿਲ੍ਹਾ ਜਿਹੜਾ ਸਾਡਾ ਮੁਕਤਸਰ ਹੈ ਅਤੇ ਉੱਥੇ ਅਕਾਲੀ ਦਲ ਦਾ ਜਲਵਾ ਵੀ ਹੈਗਾ,
ਜਿਹੜੇ ਅਕਾਲੀ ਦਲ ਦੇ ਬੰਦੇ ਸਾਨੂੰ ਕਹਿੰਦੇ ਹੁੰਦੇ ਸੀ ਵੀ ਇਹ ਤਾਂ ਕਾਂਗਰਸ ਦਾ ਲਾਇਆ ਇਲਜ਼ਾਮ ਹੈ, ਬਗਰਾੜੀ ਇਸ਼ੂ, ਇਹ ਹੋਇਆ ਨਹੀਂ ਕਦੇ, ਪਰਿਵਾਰ ਨੇ ਕੀਤਾ ਨਹੀਂ, ਆ ਮਾਫ਼ੀ ਤੋਂ ਬਾਅਦ ਦੁਬਾਰੇ ਮੋਹਰ ਲਾ ਲਈ ਹੈ, ਉੱਦਾਂ ਹੀ ਮਾਫ਼ੀ ਮੰਗਣੀ ਚਾਹੀਦੀ। ਹੁਣ ਲੋਕ ਇਹ ਮੰਨਦੇ ਹੈ ਕਿ ਨਿਹੱਥੇ ਸਿੱਖਾਂ 'ਤੇ ਕਤਲੇਆਮ ਸੁਮੇਧ ਸਿੰਘ ਸੈਣੀ ਸਾਹਿਬ ਅਤੇ ਸੁਖਬੀਰ ਸਿੰਘ ਬਾਦਲ ਉਸ ਵੇਲੇ ਦੇ ਗ੍ਰਹਿ ਮੰਤਰੀ ਨੇ ਕਰਾਇਆ, ਦੋ ਸਿੱਖ ਗੁਰੂ ਦੀ ਰਾਖੀ ਕਰਨ ਆਏ, ਉਹਨਾਂ ਦਾ ਜਲ ਹੀ ਡਿਫੈਂਸ ਬਣਾਇਆ ਵੀ ਇਹ ਸਾਨੂੰ ਤਾਂ ਮਾਰਨੇ ਪਏ, ਇਹ ਸਾਨੂੰ ਮਾਰ ਦਿੰਦੇ, ਉਹ ਸੁਖਬੀਰ ਸਿੰਘ ਬਾਦਲ ਦੀ ਰਹਿਨਮਾਈ 'ਚ ਹੋਇਆ ਇਹ ਸਾਰੇ। ਔਰ ਉਹਦਾ ਖਮਿਆਜਾ ਦੇਖ ਲਓ, ਸੱਚੇ ਪਾਤਸ਼ਾਹ ਦੇ ਘਰੇ ਦੇਰ ਹੈ ਦੇਰ ਨਹੀਂ, ਮੁਕੰਮਲ ਬਾਦਲ ਸਾਫ਼ ਹੋ ਗਏ, ਮੁਕੰਮਲ ਬਾਦਲ ਸਾਫ਼ ਹੋ ਗਏ। ਸੋ ਮੈਨੂੰ ਲੱਗਦਾ ਉਸ ਮਾਫ਼ੀ ਦਾ 1% ਉਹਨਾਂ ਨੂੰ ਫਾਇਦਾ ਨਹੀਂ ਹੋਇਆ, ਉਲਟਾ ਨੁਕਸਾਨ ਹੋ ਗਿਆ। ਜਿਹੜੀ ਗੱਲ ਪਬਲਿਕ ਇਹ ਕਹਿੰਦੀ ਸੀ ਉਹਨਾਂ ਨਾਲ ਜੁੜੇ ਜਥੇਦਾਰ ਵੀ ਯਾਰ ਕਿਰਪਾਨ ਵਾਲਾ ਬੰਦਾ ਤੇ ਬਾਦਲ ਪਰਿਵਾਰ ਕੰਮ ਕਰ ਨਹੀਂ ਸਕਦਾ, ਇਸ ਗੱਲ ਤੇ ਮੋਹਰ ਲੱਗ ਗਈ ਵੀ ਇਹ ਕੰਮ ਇਹਨਾਂ ਤੋਂ ਬੱਜਰ ਗੁਣਾ ਹੋ ਗਿਆ। ਲਾਸਟ ਸਵਾਲ ਹੈ ਜੀ, ਤੁਸੀਂ ਬਰਗਾੜੀ ਦੀ ਗੱਲ ਕੀਤੀ ਹੈ, ਜਿਹਨਾਂ ਲੋਕਾਂ, ਮੈਂ ਸਮਝਦਾ ਬਿਲਕੁਲ ਤੁਸੀਂ ਠੀਕ ਕਹਿੰਦੇ ਹੋ, ਪਰ ਬਹੁਤ ਸਾਰੇ ਲੰਮੇ ਹੱਥ ਹੈ ਉਹਨਾਂ ਲੋਕਾਂ ਦੇ, ਉਹ ਕਿਤੇ ਨਾ ਕਿਤੇ ਇੱਧਰੋਂ ਉੱਧਰੋਂ ਕੋਈ ਨਾ ਕੋਈ ਆਸਰਾ ਲੈ ਲੈਂਦੇ, ਮਗਰਲੀ ਸਰਕਾਰ 'ਚ ਵੀ ਉਹ ਆਸਰਾ ਉਹ ਲੈ ਲੈਂਦੇ ਸੀ, ਹੁਣ ਵੀ ਕਿਉਂਕਿ ਲੰਮੇ ਹੱਥ ਹੈ, ਉਹ ਕਹਿੰਦੇ ਆ ਨਾ ਥੰਦੇ ਭਾਂਡੇ ਦੀਆਂ ਥੰਧਿਆਈਆਂ ਹੌਲੀ ਹੌਲੀ ਜਾਂਦੀਆਂ, ਉਹਨੂੰ ਸਮਾਂ ਲੱਗਦਾ ਹੈ, ਕਿਤੋਂ ਨਾ ਕਿਤੇ ਫੋਹ ਪਾ ਲੈਂਦੇ, ਇੱਧਰੋਂ ਪੈ ਫੋਹ ਪੈ ਗਿਆ, ਉੱਧਰੋਂ ਫੋਹ ਪੈ ਗਿਆ, ਫਿਰ ਉਹ ਲਕੇਸ ਲਮਕ ਜਾਂਦਾ। ਕਾਂਗਰਸ ਪਾਰਟੀ ਨੇ ਵੀ ਇਸ ਮੁਕੱਦਮੇ 'ਤੇ ਪੂਰਨ ਕੋਸ਼ਿਸ਼ ਕੀਤੀ, ਔਰ ਮੈਨੂੰ ਲੱਗਦਾ ਕਿ ਇਹ ਆਮ ਆਦਮੀ ਪਾਰਟੀ ਨੂੰ ਵੀ ਕੋਸ਼ਿਸ਼ ਪੂਰੀ ਕਰਨੀ ਚਾਹੀਦੀ ਹੈ, ਨਹੀਂ ਤਾਂ ਉਹਨਾਂ ਦਾ ਹਾਲ ਵੀ ਉਹੀ ਹੋਏਗਾ ਜੋ ਸਾਡੇ ਨਾਲ ਹੋਇਆ। ਸੋ ਮੈਨੂੰ ਪਰ ਹਜੇ ਲੰਮੇ ਹੱਥ ਹੈ, ਹੌਲੀ ਹੌਲੀ ਸੱਚੇ ਪਾਤਸ਼ਾਹ ਕਿਰਪਾ ਕਰੇਗਾ। ਧੰਨਵਾਦ।